ਹਾਂਜੀ ਦੋਸਤੋ, ਤੁਹਾਡਾ ਸਵਾਗਤ ਹੈ ਯੂਟਿਊਬ ਚੈਨਲ 'ਤੇ ਜਨਰਲ ਸਟੂਡੈਂਟ ਸਰਣੀ ਆ। ਅਤੇ ਸਭ ਤੋਂ ਪਹਿਲਾਂ ਪੈਸੇ ਇਸ ਦੇ ਵਿੱਚ 1 to 4 ਤੱਕ ਜਿਹੜਾ ਕੁਐਸਚਨ ਹੈ ਇਹ ਟਰੂ ਫਸਟ ਨੋਟ ਗਿਵਨ ਆ। ਅਤੇ ਨੈਕਸਟ ਜਿਹੜਾ ਪੈਸੇ ਦਾ ਉਸਦਾ ਟਾਈਟਲ ਨਹੀਂ ਹੈਗਾ ਟਰੈਵਲਿੰਗ ਟੂ ਗੋਆ, ਇਸ ਦੇ ਵਿੱਚੋਂ 5 to 8 ਤੱਕ ਜਿਹੜਾ ਕੁਐਸਚਨ ਹੈ ਬਲੈਂਕਸ ਆ, ਅਤੇ ਇਹਨਾਂ ਦੇ ਆਂਸਰ ਨੋ ਮੋਰ ਦੈਨ 3 ਵਰਡਸ ਦੇਣੇ। ਅਤੇ ਨੈਕਸਟ ਜਿਹੜਾ ਪੈਸੇ ਉਸਦਾ ਟਾਈਟਲ ਨੇਮ ਹੈਗਾ 7 kinds ਆਫ ਮੋਂਕੀ ਦੈਟ ਆਰ ਕੈਪਟ ਐਸ ਪੈਟਸ, ਇਸ ਦੇ ਵਿੱਚ 9 to 13 ਤੱਕ ਵੀ ਸਟੇਟਮੈਂਟ ਟਰੂ ਇਹ ਫਾਈਂਡਸ ਕਰਨੀ ਆ। ਅਤੇ ਨੈਕਸਟ ਜਿਹੜਾ ਪੈਸੇ ਦਾ ਟਾਈਟਲ ਨੇਮ ਹੈਗਾ ਦ ਯੂਨਾਈਟਡ ਨੇਸ਼ਨ ਐਂਡ ਸਕਿਓਰਿਟੀ ਇਨ ਏ ਨਿਊਕਲੀਅਰ ਵੈਪਨ ਫਰੀ ਵਰਲਡ, ਇਹਦੇ ਵਿੱਚ 14 to 17 ਤੱਕ ਬਲੈਂਕਸ ਆ ਅਤੇ ਆਪਸ਼ਨ ਦਿੱਤੀਆਂ ਹੋਈਆਂ ਉਹਨਾਂ 'ਚੋਂ ਫਾਈਂਡ ਕਰਕੇ ਬਲੈਂਕਸ ਨੂੰ ਫਿਲ ਕਰਨਾ। ਅਤੇ ਨੈਕਸਟ ਜਿਹੜਾ ਪੈਸੇ ਦਾ ਟਾਈਟਲ ਨੇਮ ਹੈਗਾ ਗ੍ਰਾਸ ਹੋਪਰਸ, ਅਤੇ ਇਸ ਦੇ ਵਿੱਚ ਇੱਕ ਇਮੇਜ ਦਿੱਤੀ ਹੋਈ ਹੈ ਗ੍ਰਾਸ ਹੋਪਰਸ ਦੀ, ਅਤੇ ਇਸ ਦੇ ਵਿੱਚ ਬਲੈਂਕਸ ਦਿੱਤੀਆਂ ਹੋਈਆਂ ਇਹ 18 to 23 ਤੱਕ ਕੁਐਸਚਨਸ ਆ। ਅਤੇ ਨੈਕਸਟ ਜਿਹੜਾ ਪੈਸੇ ਆ ਇਸ ਦੇ ਵਿੱਚ 24 to 28 ਤੱਕ ਬਲੈਂਕਸ ਆ, ਅਤੇ ਇਸ ਦੇ ਵਿੱਚ ਈਮੇਜ ਬਣੀ ਹੋਈ ਹੈ ਇੱਕ ਮੈਪ ਦੀ, ਅਤੇ ਉਹਨਾਂ ਵਿੱਚ ਬਲੈਂਕਸ ਨੂੰ ਫਿਲ ਕਰਨਾ। ਅਤੇ ਨੈਕਸਟ ਜਿਹੜਾ ਪੈਸੇ ਇਸਦਾ ਟਾਈਟਲ ਨੇ ਹੋਗਾ ਦ ਨੋਬਲ ਪ੍ਰਾਈਜ਼, ਇਸ ਦੇ ਵਿੱਚ 31 to 36 ਤੱਕ ਬਲੈਂਕਸ ਆ, ਅਤੇ ਇਹਨਾਂ ਦੇ ਆਂਸਰ ਨੋ ਮੋਰ ਦੈਨ 2 ਵਰਡਸ ਦੇਣੇ ਆ। ਅਤੇ ਨੈਕਸਟ ਜਿਹੜਾ ਲਾਸਟ ਪੈਸੇ ਆ ਇਸਦਾ ਟਾਈਟਲ ਨੇਮ ਹੈਗਾ ਡਿਜੀਟਲ ਮਾਰਕੀਟਿੰਗ, ਇਸ ਦੇ ਵਿੱਚ 37 to 44 ਤੱਕ ਕੁਐਸਚਨਸ ਆ, ਅਤੇ ਇਹਨਾਂ ਦੇ ਆਂਸਰ ਇਹ ਲਿਸਟ ਆਫ ਹੈਡਿੰਗ ਆ। ਅਤੇ ਅੱਜ ਜਿਹੜੇ ਕੁਐਸਚਨ ਇਹ 44 ਤੱਕ ਹੈ, 40 ਤੱਕ ਨਹੀਂ ਗਏ, 4 ਕੁਐਸਚਨ ਐਕਸਟਰਾ ਹੈ। ਅਤੇ ਚੈਨਲ ਨਵੇਂ ਸਬਸਕ੍ਰਾਈਬ ਜ਼ਰੂਰ ਕਰ ਲਿਓ, ਵੀਡੀਓ ਨੂੰ ਲਾਈਕ ਕਰਦੇ ਕਰੋ, ਸ਼ੇਅਰ ਕਰਦੇ ਕਰੋ, ਰੀਡਿੰਗ ਸਟਾਰਟ ਕਰਦੇ ਹਾਂ।